ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਇੱਕ ਵਾਰ ਮੁੜ ਸੰਗਰੂਰ ਤੋਂ ਹੀ ਚੋਣ ਮੈਦਾਨ ਵਿੱਚ ਉਤਰੇ ਨੇ ਅਤੇ ਭਗਵੰਤ ਮਾਨ ਨੇ ਦੱਸਿਆ ਕਿ ਉਹ ਆਪਣਾ ਰਿਪੋਰਟ ਕਾਰਡ ਜਨਤਾ ਨੂੰ ਦਿਖਾਉਣਗੇ ਅਤੇ ਉਹਨਾਂ ਨੇ ਜੋ ਵੀ ਕਾਰਗੁਜ਼ਾਰੀ ਕੀਤੀ, ਜੋ ਵੀ ਕੰਮ ਕੀਤੇ ਜ਼ਮੀਨੀ ਪੱਧਰ ਦੇ ਉੱਤੇ ਉਹਨਾਂ ਦੇ ਚੱਲਦਿਆਂ, ਲੋਕ ਉਹਨਾਂ 'ਤੇ ਇਸ ਵਾਰ ਫਿਰ ਤੋਂ ਭਰੋਸਾ ਜ਼ਰੂਰ ਕਰਨਗੇ। ਆਖਿਰ ਕੀ ਕੁਝ ਕਿਹਾ, ਆਓ ਸੁਣਦਿਆਂ ਅਤੇ ਉਸ ਤੋਂ ਬਾਅਦ ਤੁਹਾਨੂੰ ਉਹ ਵੀ ਦੱਸਾਂਗੇ ਕਿ ਸੁਖਪਾਲ ਸਿੰਘ ਖਹਿਰਾ ਅਤੇ ਅਰਵਿੰਦ ਕੇਜਰੀਵਾਲ ਦੀ ਲੜਾਈ ਦੀ ਸਫਾਈ ਕਿੱਦਾਂ ਦਿੱਤੀ ਭਗਵੰਤ ਮਾਨ ਨੇ। ਲੋਕਾਂ ਦੀ ਕਚਹਿਰੀ 'ਚ ਜਾਵਾਂਗੇ ਅਤੇ ਲੋਕਾਂ ਨੂੰ ਪ੍ਰੋਗਰਾਮ ਚੰਗੇ ਲੱਗਣਗੇ ਜਾਂ ਮੇਰੀ ਪਾਰਲੀਮੈਂਟ ਦੀ ਪਰਫੋਰਮੈਂਸ ਲੈ ਕੇ ਜਾਊਂਗਾ ਮੈਂ ਸੰਗਰੂਰ ਦੇ ਲੋਕਾਂ ਕੋਲ, ਮੇਰੇ ਜਿਹੜੇ ਐਮ ਪੀ ਲੈਟ ਦੇ ਜਿਹੜੇ ਕੰਮ ਕਰਾਏ ਨੇ ਉਹਦਾ ਇੱਕ ਇੱਕ ਰੁਪਏ ਦਾ ਹਿਸਾਬ ਲੈ ਕੇ ਜਾਊਂਗਾ ਅਤੇ ਲੋਕਾਂ ਨੂੰ ਚੰਗਾ ਲੱਗੂਗਾ ਤਾਂ ਲੋਕ ਵੋਟ ਪਾ ਦੇਣਗੇ, ਜੇ ਲੋਕਾਂ ਨੂੰ ਪ੍ਰੋਗਰਾਮ ਨਹੀਂ ਵਧੀਆ ਲੱਗੂਗਾ ਕੋਈ ਜਿਹੜਾ ਮੇਰੇ ਤੋਂ ਕੋਈ ਹੋਰ ਵਧੀਆ ਦੂਜੀ ਪਾਰਟੀ ਵੱਲੋਂ ਕਹਾਊਗਾ ਉਹਨਾਂ ਵਿੱਚ ਤਾਂ ਦੇਣਗੇ। ਹੱਕ ਹੈ ਹਰੇਕ ਨੂੰ ਜੀ, ਉਹ ਬਸ ਇਹ ਹੈ ਵੀ ਕਾਨੂੰਨ ਮੁਤਾਬਕ ਉਹ ਉਹਨਾਂ ਨੂੰ ਅਹੁਦਾ ਛੱਡਣਾ ਪਊਗਾ, ਅਸਤੀਫਾ ਦੇਣਾ ਪਊਗਾ ਅਤੇ ਉਹ ਤੋਂ ਬਾਅਦ ਪਾਰਟੀ ਆਪਣੀ ਬਣਾ ਸਕਦੇ ਨੇ, ਹੱਕ ਹੈ ਜੀ। ਇਹ ਤਾਂ ਭਗਵੰਤ ਮਾਨ ਨੇ ਆਪਣੀ ਗੱਲ ਕੀਤੀ ਅਤੇ ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਜਦੋਂ ਸੁਖਪਾਲ ਸਿੰਘ ਖਹਿਰਾ ਨੇ ਆਪ ਵੱਲੋਂ ਐਲਾਨੇ ਗਏ ਉਮੀਦਵਾਰਾਂ 'ਤੇ ਵਾਰ ਕੀਤਾ ਅਤੇ ਫਿਰ ਭਗਵੰਤ ਮਾਨ ਨੇ ਕੀ ਸਫਾਈ ਦਿੱਤੀ। ਕਮੇਟੀ ਜਿਹੜੀ ਪੰਜਾਬ ਦੀ ਆ ਉਹਨੇ ਡਿਸਕਸ ਕੀਤਾ, ਉਹਦੇ ਵਿੱਚ 5 ਸੀਟਾਂ 'ਤੇ ਸਹਿਮਤੀ ਬਣੀ ਅਤੇ ਉਹ ਲਿਖ ਕੇ ਜਿਹੜੇ ਨਾਮ ਨੇ ਉਹ ਪੀ ਏ ਸੀ ਨੂੰ ਦਿੱਤੇ ਗਏ ਦਿੱਲੀ, ਔਰ ਦਿੱਲੀ ਪੀ ਏ ਸੀ ਨੇ ਕਲੀਅਰੈਂਸ ਦਿੱਤੀ ਹੈ ਔਰ ਆ ਕੇ ਪੰਜਾਬ ਦੇ ਵਿੱਚ ਅਨਾਊਂਸਮੈਂਟ ਹੋਈ ਹੈ, ਬਲਜਿੰਦਰ ਕੌਰ ਮੈਡਮ ਅਤੇ ਪ੍ਰਿੰਸੀਪਲ ਬੁੱਧਰਾਮ ਜੀ ਨੇ ਕੀਤੀ ਹੈ। ਪਾਰਟੀ ਰਜਿਸਟਰਡ ਹੈ ਦਿੱਲੀ ਕਿਉਂਕਿ ਪਾਰਟੀ ਉੱਥੇ ਸਰਕਾਰ ਹੈ। ਏ ਅਤੇ ਬੀ ਨੰਬਰ ਜਿਹੜੇ ਫਾਰਮ ਨੇ ਜਿਹਨੂੰ ਆਪਾਂ ਟਿਕਟ ਕਹਿੰਦੇ ਹਾਂ ਉਹ ਤਾਂ ਦਿੱਲੀ ਤੋਂ ਹੀ ਆਊਗੀ ਨਾ, ਖਹਿਰਾ ਸਾਹਿਬ ਵਾਲੀ ਟਿਕਟ ਵੀ ਉੱਥੋਂ ਹੀ ਆਈ ਸੀ ਨਾ। ਮੇਰੇ ਨਾਲ ਗੱਲ ਨਹੀਂ, ਗੱਲ ਕਰਨ ਦੀ ਗੱਲ ਕਰਦੇ ਨੇ, ਨਾਲ ਨਾਲ ਟਿਕਟਾਂ ਬੰਦੀਆਂ ਦੇ ਨਾਲ ਅਹੁਦੇ ਦੇਈ ਜਾਂਦੇ ਨੇ। ਦੇਖੋ ਜਦੋਂ ਉਹਨਾਂ ਨੇ 4 ਗੱਲਾਂ ਜਿਹੜੀਆਂ ਕਹੀਆਂ ਸੀ ਵੀ ਸਟਰਕਚਰ ਭੰਗ ਕਰਕੇ ਦੁਬਾਰਾ ਬਣਾਵਾਂਗੇ, ਅਸੀਂ ਲਿਖ ਕੇ ਡਿਸਕਸ ਕਰਨ ਦਾ ਉਹਨੂੰ ਕਿਹਾ ਵੀ ਹਾਂਜੀ ਅਸੀਂ ਡਿਸਕਸ ਕਰ ਲੈਂਦੇ ਹਾਂ। ਜੇ ਸਟਰਕਚਰ ਸਾਰਾ ਭੰਗ ਕਰਨ ਦੀ ਸਹਿਮਤੀ ਬਣ ਗਈ ਤਾਂ ਪਰ ਵਿੱਚ ਜਿਹੜੇ ਅਹੁਦੇ ਉਹੀ ਅਹੁਦੇ ਦੇ ਰਹੇ ਹਾਂ ਜਿਹੜੇ ਅਸਤੀਫਾ ਦੇ ਗਏ, ਬਰਨਾਲੇ ਦਾ ਪ੍ਰਧਾਨ ਹੈ ਜੀ, ਮਾਨਸਾ ਦਾ ਪ੍ਰਧਾਨ। ਸੋ ਇਹ ਇਸ ਤਰ੍ਹਾਂ ਨਾਲ ਇਹ ਗੱਲ ਹੋਈ ਸੀ ਕਿ ਮੀਡੀਆ ਦੇ ਵਿੱਚ ਜਾਂ ਸੋਸ਼ਲ ਮੀਡੀਆ 'ਤੇ ਆਪਾਂ ਇੱਕ ਦੂਜੇ ਦੇ ਵਿਰੁੱਧ ਕੋਈ ਚੱਕਰ ਨਹੀਂ ਉਸਾਲਣਾ, 5-7 ਘੰਟੇ ਵੀ ਨਹੀਂ ਪੈਣ ਦਿੱਤੇ, ਲਾਈਵ ਹੋ ਕੇ ਉਹਨਾਂ ਨੇ ਸਾਰਾ ਅਨੁਸ਼ਾਸਨ ਤੋੜਤਾ ਜਿਹੜੀ ਤਾਲਮੇਲ ਕਮੇਟੀ ਦਾ। ਇਹ ਤਾਂ ਫਿਰ ਇੱਦਾਂ ਇੱਥੋਂ ਤਾਂ ਇਹੀ ਸ਼ੱਕ ਹੋਊਗਾ ਨਾ ਕਿ ਪਾਰਟੀ ਨੂੰ ਤੋੜਨ ਵਾਲੇ ਪਾਸੇ ਜ਼ਿਆਦਾ ਨੇ ਉਹ, ਬਾਅਦ ਦੇ ਵਿੱਚ ਆ ਕੇ ਸਾਰਾ ਕੁਛ ਸੋਸ਼ਲ 'ਤੇ ਪਾ ਕੇ ਉਹ ਪੀ ਸੀ ਰੱਖ ਲਈ। ਸੋ ਮੈਨੂੰ ਤਾਂ ਲੱਗਦਾ ਇਹਨਾਂ ਦੀ ਫਿਰ ਇਕੱਠੇ ਹੋਣ ਦੀ ਨੀਅਤ ਨਹੀਂ, ਪਾਰਟੀ ਤੋੜਨ ਵੱਲ ਜ਼ਿਆਦਾ ਉਹ ਕਰ ਰਹੇ। ਜਿਹੜੀ 8 ਤਰੀਕ ਦੀ ਡੈਡਲਾਈਨ ਦਿੱਤੀ ਹੈ ਉਹਨੂੰ ਕੀ ਕਹੋਗੇ? ਇਹ ਤਾਂ ਦੇਖੋ ਮੈਡਮ ਮਾਨੂ ਕੇ ਦੱਸ, ਉਹ ਹੈੱਡ ਕਰਦੇ ਨੇ ਸਾਡੀ ਕਮੇਟੀ ਨੂੰ। ਅਰਵਿੰਦ ਕੇਜਰੀਵਾਲ ਅਤੇ ਸੁਖਪਾਲ ਸਿੰਘ ਖਹਿਰਾ ਦੇ ਵਿੱਚ ਚੱਲੀ ਹੋਈ ਜੰਗ ਹੁਣ ਅੰਤਿਮ ਦੌਰ 'ਤੇ ਪਹੁੰਚੀ ਹੋਈ ਨਜ਼ਰ ਆਉਂਦੀ ਹੈ। ਵੇਖਣਾ ਇਹ ਹੋਵੇਗਾ ਕਿ ਸੁਖਪਾਲ ਧੜਾ ਹੁਣ ਅੱਗੇ ਕੀ ਰਣਨੀਤੀ ਅਪਣਾਉਂਦਾ ਹੈ, ਆਮ ਆਦਮੀ ਪਾਰਟੀ ਦੇ ਨਾਲ ਹੀ ਅੱਗੇ ਤੁਰਦੇ ਨੇ ਜਾਂ ਆਪਣੀ ਕੋਈ ਨਵੀਂ ਧਿਰ ਬਣਾਉਂਦਾ ਹੈ। ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਵਿੱਚ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।